ਮੰਗਾਂ ਸਾਡੀਆਂ ਇਹੀ ਹੈ ਵੀ 60 ਕਿਲੋਮੀਟਰ ਦੀ ਰੇਂਜ ਜਿਵੇਂ ਸਰਕਾਰ ਨੇ ਸਾਨੂੰ ਦੱਸਿਆ ਵੀ 60 ਕਿਲੋਮੀਟਰ ਦੀ ਰੇਂਜ ਦੇ ਵਿੱਚ ਇੱਕ ਟੋਲ ਪਲਾਜ਼ਾ ਚਾਹੀਦਾ ਅਸੀਂ ਵੀ ਉਹਨਾਂ ਨੂੰ ਇਹੀ ਕਿਹਾ ਵੀ ਤੁਸੀਂ ਇੱਕ ਟੋਲ ਪਲਾਜ਼ਾ ਲਾਓ ਆਪਦਾ 60 ਕਿਲੋਮੀਟਰ ਦੀ ਰੇਂਜ ਵਿੱਚ ਦੂਸਰੀ ਸਾਡੀ ਜਿਹੜੀ ਮੰਗ ਸੀ ਕਿ ਵੀ ਜਿਹੜਾ ਵੀ ਟੋਲ ਪਲਾਜ਼ਾ ਤੁਸੀਂ ਚਾਲੂ ਕਰਨਾ ਉਹਦੇ ਉੱਤੇ ਘੱਟੋ ਘੱਟ 80% ਜਿਹੜਾ ਵੀ ਤੁਸੀਂ ਆਪਣਾ ਇੰਪਲੋਈ ਰੱਖਣਾ ਜਿਹੜੇ ਕਰਿੰਦੇ ਰੱਖਣੇ ਆ ਉਹ ਨੇੜੇ ਤੇੜੇ ਦੇ ਪਿੰਡਾਂ ਦੇ ਹੋਣੇ ਚਾਹੀਦੇ ਆ ਵੀ ਘੱਟੋ ਘੱਟ 80% ਜਿਹੜੇ ਲੋਕ ਹੈਗੇ ਆ ਤੀਜੀ ਜਿਹੜੀ ਸਾਡੀ ਮੰਗ ਸੀ ਇਹੀ ਵੀ ਜਿਹੜੇ 20 ਕਿਲੋਮੀਟਰ ਦਾ ਰੇਂਜ ਹੈ ਜਿਹੜੀ ਵੀ ਟੋਲ ਪਲਾਜ਼ੇ ਦੀ ਉਹ ਜਿਹੜੇ ਆਪਣੇ ਪਿੰਡ ਪੈਂਦੇ ਉਹਨਾਂ ਨੂੰ ਜਿਹੜਾ ਆਵਾਜਾਈ ਹੈ ਉਹ ਫ੍ਰੀ ਕੀਤੀ ਜਾਵੇ नहीं जी पहली शर्त साडी यही है भी बंद कराया जाए उस तो बाद दूजिया दो शर्तां दी गल कीती जाएगी। ये परसों टूल प्लाजा चलिया सी जदों टूल प्लाजा चलिया तो चलन तो एक घंटा बाद ही आके मैं इन्हां नाल गलबात कीती उस टाइम इन्होंने 12 पिंड जिहड़े अपने आले दुआले दे आ इस टूल नूं लगदे आ उह 12 पिंड इन्होंने फ्री करन नूं कहा सीगा ਤੇ ਰਾਤ ਨੂੰ ਜਥੇਬੰਦੀਆਂ ਨਾਲ ਦੂਜੀਆਂ ਨਾਲ ਵੀ ਗੱਲਬਾਤ ਕੀਤੀ ਤੇ ਸਾਰਿਆਂ ਨਾਲ ਗੱਲਬਾਤ ਕੀਤੀ ਤੇ ਸਾਰੇ ਲੋਕਾਂ ਦਾ ਵੀ ਇਹੀ ਸੀਗਾ ਪੱਖ ਕੇ ਆਪਾਂ ਇਹ ਟੂਲ ਪਲਾਜ਼ਾ ਬੰਦ ਕਰਾਇਆ ਜਾਵੇ ਕਿਉਂਕਿ 15 ਕਿਲੋਮੀਟਰ ਦੇ ਵਿੱਚ 3 ਟੂਲ ਪਲਾਜ਼ੇ ਲੱਗਦੇ ਆ ਜੇ ਸਿੱਧਾ ਗਿਣੀਏ ਤਾਂ ਕਿਉਂਕਿ ਸਰਕਾਰ ਆ ਜਿਹੜੀ 60 ਕਿਲੋਮੀਟਰ ਦੇ ਦਾਇਰੇ ਤੋਂ ਬਾਅਦ ਆਪਾਂ ਟੂਲ ਪਲਾਜ਼ਾ ਲਾ ਸਕਦੇ ਇਹ 23 ਕਿਲੋਮੀਟਰ ਦਾ ਸਾਰਾ ਦੇਰਾ ਚਾਰ ਚਫੇਰੇ ਦਾ ਬਣ ਜਾ 23 ਕਿਲੋਮੀਟਰ ਦੇ ਵਿੱਚ 3 ਟੂਲ ਪਲਾਜ਼ੇ ਲੱਗੇ ਆ ਸੋ ਇਸ ਕਰਕੇ ਇਹ ਕੱਲ ਟੂਲ ਪਲਾਜ਼ਾ ਬੰਦ ਕੀਤਾ ਗਿਆ ਸੀ ਅੱਜ ਇਹਨਾਂ ਨੇ ਕੰਪਿਊਟਰ ਵਗੈਰਾ ਆਪਦੇ ਚੱਕ ਲਏ ਆ ਪਰ ਹਜੇ ਅਸੀਂ ਇੱਥੇ ਬੈਠੇ ਹੋਏ ਆ ਜਿੰਨਾ ਚਿਰ ਸਾਡੀ ਇਹ ਰਣਨੀਤੀ ਲੈ ਕੇ ਚੱਲੇ ਹੋਏ ਆ ਇਹ ਮੋਰਚਾ ਪੱਕਾ ਲੱਗਿਆ ਸੀ ਉਹਨਾਂ ਚਿਰ ਇਹ ਮੋਰਚਾ ਚੱਲੂਗਾ ਜਿੰਨਾ ਚਿਰ ਇਹ ਪੱਕਾ ਇੱਥੋਂ ਟੈਂਡ ਫੋੜੀ ਸਾਰੀ ਨਹੀਂ ਚੱਕ ਕੇ ਲ ਜਾਂਦੇ।